ਸਤਿ ਸ਼੍ਰੀ ਅਕਾਲ ਜੀ, ਤੁਸੀਂ ਵੇਖ ਰਹੇ ਹੋ ਚੈਨਲ ਗਲੋ ਮੀਡੀਆ। ਮੈਂ ਤੁਹਾਡਾ ਤਰਨਦੀਪ ਸਿੰਘ। ਡੇਰਾਬੱਸੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੇਰ ਰਾਤ ਡੇਰਾਬੱਸੀ ਦੇ ਵਿੱਚ ਗੋਲੀ ਚੱਲੀ ਹੈ। ਸਰੇਆਮ ਪੁਲਿਸ ਦੇ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਦੌਰਾਨ ਇੱਕ ਨੌਜਵਾਨ ਦੇ ਗੋਲੀ ਪੱਟ ਵਿੱਚ ਵੱਜੀ ਹੈ। ਦਰਅਸਲ ਦੇਰ ਰਾਤ ਪੁਲਿਸ ਦੇ ਵੱਲੋਂ ਚੈਕਿੰਗ ਕੀਤੀ ਜਾ ਰਹੀ ਸੀ। ਉੱਥੇ ਇੱਕ ਸ਼ੱਕ ਦੇ ਆਧਾਰ 'ਤੇ ਇੱਕ ਨੌਜਵਾਨ ਦੀ ਚੈਕਿੰਗ ਕੀਤੀ ਜਾ ਰਹੀ ਸੀ। ਉਸ ਨੌਜਵਾਨ ਦੇ ਨਾਲ ਪਰਿਵਾਰ ਵੀ ਸੀ। ਪਰਿਵਾਰ ਦੇ ਵੱਲੋਂ ਪੁਲਿਸ ਦਾ ਵਿਰੋਧ ਕੀਤਾ ਗਿਆ, ਜਿਸ ਤੋਂ ਬਾਅਦ ਪੁਲਿਸ ਦੇ ਨਾਲ ਹੱਥੋਂ ਪਾਈ ਹੋਈ ਤਕਰਾਰ ਹੋਇਆ। ਤਕਰਾਰ ਦੌਰਾਨ ਉਸ ਨੌਜਵਾਨ ਨੇ ਪੁਲਿਸ ਦੇ ਨਾਲ ਬਹਿਸ ਕੀਤੀ। ਬਹਿਸ ਦੌਰਾਨ ਪੁਲਿਸ ਨੇ ਹਵਾਈ ਫਾਇਰਿੰਗ ਕਰ ਦਿੱਤੀ, ਜਿਸ ਤੋਂ ਬਾਅਦ ਮੌਕੇ 'ਤੇ ਉਹ ਸਾਥੀ ਨੇ ਆਪਣੇ ਸਾਥੀਆਂ ਨੂੰ ਬੁਲਾ ਲਿਆ, ਨੌਜਵਾਨ ਨੇ, ਜਿਸ ਤੋਂ ਬਾਅਦ ਪੁਲਿਸ ਦੇ ਨਾਲ ਮੌਕੇ 'ਤੇ ਨੌਜਵਾਨਾਂ ਨੇ ਬਹਿਸ ਕੀਤੀ, ਹੱਥੋਂ ਪਾਈ ਕੀਤੀ, ਜਿਸ ਦੌਰਾਨ ਪੁਲਿਸ ਨੇ ਫਾਇਰਿੰਗ ਕਰ ਦਿੱਤੀ ਅਤੇ ਨਾਲ ਹੀ ਇਹ ਫਾਇਰਿੰਗ ਦੌਰਾਨ ਇੱਕ ਨੌਜਵਾਨ ਦੇ ਪੱਟ ਵਿੱਚ ਗੋਲੀ ਵੱਜੀ ਹੈ। ਜਿਸ ਤੋਂ ਬਾਅਦ ਮੌਕੇ 'ਤੇ ਉਸ ਨੌਜਵਾਨ ਨੂੰ ਹੌਸਪਿਟਲ ਪਹੁੰਚਾਇਆ ਗਿਆ। ਇਸ ਨੌਜਵਾਨ ਦਾ ਕੀ ਕਹਿਣਾ ਹੈ, ਆਓ ਜਾਣਦੇ ਹਾਂ। ਗੋਲੀ ਚਲਾਈ ਉਹਨਾਂ ਨੇ ਪੁਲਿਸ ਵਾਲਿਆਂ ਨੇ? ਕਿਸ ਕਿਸ ਵਜ੍ਹਾ ਤੋਂ? ਮੇਰੀ ਸਿਸਟਰ ਨੂੰ ਛੇੜਦੇ ਸੀ। ਕੀ ਕਹਿੰਦੇ ਸੀਗੇ? ਪਤਾ ਨਹੀਂ, ਮੈਂ ਜਦੋਂ ਪਹੁੰਚਿਆ ਮੈਂ ਗਿਆ, ਮੇਰੀ ਸਿਸਟਰ ਨੂੰ ਮਾਰਦੇ ਸੀ। ਮੈਂ ਗਿਆ, ਮੈਨੂੰ ਕਹਿੰਦੇ ਗੋਲੀ ਮਾਰ ਦੂੰਗਾ ਪਿੱਛੇ। सर पी रखी थी सबने, हम इतने, हम लोग अंदर सिक्योरिटी गार्ड है सर। हम इतने आए, इतने में आगे पुलिस की गाड़ी किसने तोड़ी है? ये हमने तोड़ी। किसने तोड़ी है? हम तो वहाँ से आए, हम तो अपनी सिक्योरिटी का वो करते हैं सर, सिक्योरिटी गार्ड है। देखिए एक मिनट भाई, एक मिनट मैंने गल क्या हुई है? दस दो कोई नहीं। नहीं नहीं, एक मिनट मैं पूछ रहा, मैं दस भाई। सब इंस्पेक्टर बलविंदर सिंह जी, हाँ जी, दस्त दे सी जी, हाँ जी। एक लेडीज एक जेंट्स खड़ा सी, हाँ जी। मुंडे ने पूछा कितों आया, कहिंदा जी मैं तरनतारन दा रहना वाला। ठीक है सर ने उन्होंने पूछा, और लेडीज ने अगर बदतमीजी की है जी सर के नाल, वर्दी नु हाथ पाया जी, मेरी वर्दी देख लो जी, मेरी ये किन्ने पाड़ी है तुहाडी वर्दी? एदे जेड़ा तो बाद च पाड़ी है तुहाडी ने, ਜਿਹੜਾ ਕਿੰਨੇ ਫੋੜੀ ਹੋ ਬਾਈ? ਮੁੰਡੇ ਨੇ ਤੋੜੀ ਕਿੰਨੇ ਗੱਡੀ? ਤੁਹਾਡਾ ਕਿਆ ਨਾਮ ਹੈ ਭਾਜੀ? ਤੁਹਾਡਾ ਕਿਆ ਨਾਮ ਹੈ? ਰੋਣ ਨਾਮ ਹੈ। ਕਿਆ ਹੋਇਆ, ਕਿਆ ਮਸਲਾ, ਕਿਆ ਹੈ? ਜਿਹੜਾ ਨਹੀਂ ਤੁਸੀਂ ਇਹਨਾਂ ਨੂੰ ਫੜਿਆ, ਕਿਆ ਗੱਲ ਬਾਤ ਹੋਈ ਹੈ? ਸਾਰਿਆਂ ਨੇ ਫੜਿਆ ਇੱਥੇ। ਉਹੀ ਮੈਂ ਪੁੱਛ ਰਿਹਾ, ਗੱਲ ਕਿਆ ਹੋਈ ਹੈ? ਗੱਲ ਕੀ ਹੋਈ ਹੈ, ਇੱਥੇ ਲੇਡੀਜ਼ ਨੂੰ ਮਾਰ ਰਹੇ ਸੀ। ਹਾਂ ਗੱਲ ਉਸ ਤੋਂ ਬਾਅਦ ਵਿਗੜੀ ਕੀ ਹੋਈ ਹੈ? ਅਜੇ ਅਕਸ਼ੇ ਕਹਾਂ ਰਹਿਤੇ ਹੋ? ਗੁਲਮੋਹਰ ਸਿਟੀ। ਹੁਆ ਕਿਆ ਅੱਜ? ਹੁਆ ਕਿਆ, ਮੈਂ ਤੇ ਮੇਰੇ ਵਾਈਫ ਬਾਹਰ ਖਲੋਤੇ ਕੁਲਫੀ ਖਾ ਰਹੇ, ਚਾਰ ਤਿੰਨ ਜਾਣੇ ਗੱਡੀ ਦੇ ਆਏ ਆ, ਦੋ ਹੌਲਦਾਰ, ਇੱਕ ਆ ਬੈਠਾ ਵਾ। ਇੰਨਾ ਆਉਂਦਿਆ ਸਰ ਮੈਨੂੰ ਕਹਿੰਦਾ ਬੈਗ ਚੈੱਕ ਕਰਾ, ਮੈਂ ਕੱਲ੍ਹ ਸਰ ਮੈਂ ਕੰਮ ਕਰਦਾ, ਆਪਣਾ ਸਾਹਮਣੇ ਰਹਿੰਦੇ ਕੁਲਫੀ ਖਾਣ ਨਿਕਲੇ। ਇਹਨਾਂ ਨੇ ਬਾਅਦ ਚੋਂ ਮੇਰੀ ਘਰ ਵਾਲੇ ਚੁੰਡੇ ਫੜ ਕੇ ਤਿੰਨਾਂ ਨੇ ਕੁੱਟਿਆ, ਸ਼ਰਾਬ ਪੀ ਕੇ ਕੁੱਟਿਆ। ਮੈਂ ਆਪਣੇ ਘਰਦਿਆਂ ਨੂੰ ਆਵਾਜ਼ ਦੇ ਲਿਆ, ਮੇਰਾ ਆਇਆ ਭਰਾ ਬਾਹਰੋਂ ਅੰਦਰੋਂ, ਇਹਨਾਂ ਨੇ ਆਉਂਦਿਆ ਮਤਲਬ ਗੋਲੀ ਚਲਾਤੀ ਉਹਨੇ। ਕਿੱਥੇ ਲੱਗੇ ਗੋਲੀ? ਬੱਚੀ ਲੱਤ ਦੇ, ਉਹਨੂੰ ਹਸਪੀਟਲ ਲੈ ਕੇ ਗਏ ਹੋਏ। ਕਿਆ ਨਾਮ ਹੈ ਉਹਦਾ? ਉਹਦਾ ਨਾਂ ਹੈਪੀ। ਕਿੰਨੇ ਸਾਲ ਦਾ? ਉਹ ਹੈਗਾ ਆਪਣਾ 25-26 ਸਾਲ ਦਾ। ਕਿੰਨੇ ਵਜੇ ਦੀ ਗੱਲ ਹੈ? ਆ ਹੁਣੇ ਹੀ ਅਜੇ ਅੱਧਾ ਘੰਟਾ ਪਹਿਲਾਂ ਦੀ। ਕੋਈ ਉਦੋਂ ਦਾ ਇੱਥੇ ਪਹੁੰਚਿਆ ਨਹੀਂ ਆ, ਇੱਥੇ ਪੁਲਿਸ ਵਾਲੇ ਨੂੰ ਫੜਿਆ ਹੋਇਆ ਵਾ। ਇਹ ਗੱਡੀ ਤੋੜੀ ਕਿੰਨੇ? ਗੱਡੀ ਤੋੜੀ ਇੱਥੇ ਲੋਕਾਂ ਨੇ, ਸਾਰੀ ਪਬਲਿਕ ਵਹਿੰਦੀ ਪਈ, ਮੇਰੀ ਘਰ ਦੀ ਨੂੰ ਕੁੱਟਦੇ ਵਾ, ਗੋਲੀ ਮਾਰ ਕੇ, ਵੀਡੀਓ ਬਣੀ ਹੋਈ, ਅੱਗੇ ਲਾ ਕੇ ਭੱਜੇ ਉਹ ਖਲੋਤੇ ਆ। ਭਾਜੀ ਸਾਹਮਣੇ ਮੈਂ ਬੈਠਾ ਸੀਗਾ ਬਾਹਰ। ਆ ਭਾਈ ਸਾਹਮਣੇ ਖਲੋਤੇ, ਮੈਂ ਬਾਹਰ ਬੈਠਾ ਸੀਗਾ। ਇਹਨਾਂ ਦੇ ਪਰਚਾ ਤੁਹਾਡਾ ਕੀ ਨਾਮ ਹੈ? ਪਹਿਲੇ ਗੱਡੀ ਮੈਂ ਵੇਖੀ। ਤੁਹਾਡਾ ਕੀ ਨਾਮ ਹੈ? ਮੇਰਾ ਨਾਮ ਹੈਗਾ ਸਰਨਜੀਤ ਸਿੰਘ। ਕਿੱਥੇ ਰਹਿੰਦੇ ਹੋ? ਗੁਲਮੋਹਰ ਸਿਟੀ ਚ ਰਹਿਣਾ। ਕਿਆ ਹੋਇਆ ਸੀ ਉਹਨੇ? ਮੈਂ ਪਹਿਲੇ ਦੇਖਿਆ ਕਿ ਗੱਡੀ ਨਾ, ਮੈਂ ਬਾਹਰ ਬੈਠਾ ਤੇ ਗੱਡੀ ਹੂਟਰਾ ਜਾਂਦੀ ਗਈ ਸਿੱਧਾ, ਉੱਥੋਂ ਦੀ ਵਾਪਸ ਘੁੰਮ ਕੇ ਯੂ ਟਰਨ ਲੈ ਕੇ ਵਾਪਸ ਆਈ। ਇਹਨੇ ਜੇ ਇੱਥੇ ਕਾਂਡ ਹੋ ਗਿਆ, ਪਹਿਲੇ ਖਾਲੀ ਹੂਟਰਾ ਜਾਂਦੀ ਗਈ, ਖਾਲੀ ਕੋਈ ਰੋਲਰ ਅੱਪਾ ਨਹੀਂ ਸੀ, ਕੋਈ ਕੁਛ ਨਹੀਂ ਸੀਗਾ। ਦੇਖੋ ਵਾਪਸ ਆਏ, ਫਿਰ ਇੱਥੇ ਹੂਟਰ ਵਜਿਆ, ਫਿਰ ਦੇਖਿਆ ਕਿ ਇੱਥੇ ਪਬਲਿਕ ਬੜੀ ਇਕੱਠੀ ਹੋਈ। ਅੱਜ ਤਕਰੀਬਨ ਹੋ ਗਿਆ ਘੱਟੋ ਘੱਟ 20-25 ਮਿੰਟ। सिस्टर के क्या लगा थे उसके पूजा? सिस्टर के उन्होंने गिर के सड़क पे मारे जी, गिर के सड़क पे। किस वजह से मारी है? किस वजह से? सर हम, मैं, मेरी सिस्टर, हम लोग बच्चों को खिलाने के लिए, मैं, मेरे भाई आइसक्रीम खिलाने गेट के बाहर ही खड़े थे सर। ये गाड़ी में आए, इन्होंने झगड़ा शुरू कर दिया, मार पिटाई शुरू कर दी, मेरे भाई के ऊपर फायर करा। जब हमने इनको पहले दीदी को मारे सर इन्होंने, बिना मतलब से पुलिस ने फायर करी है। हाँ जी सर, सब वहाँ पे सब खड़े हुए थे, सबकी वीडियो बनी है, जो सर ने बोला ना ये डंडे लेके आए सर, सबके सब कुछ वहाँ पे, जितने सिक्योरिटी गार्ड सब थे ना, सबको पता है कौन क्या लेके और कौन क्या नहीं लेके आया था। हमारे हाथ में एक भी हथियार होगा ना सर? हाँ बोल देना। आपकी एज कितनी पूछ सकते हैं? 25 सर। क्या नाम है? नहीं सर। क्या नाम है? सर मेरा दर्द बहुत।